ਤਾਂ ਮੈਂ ਸੁਣਦਾ ਗੱਲ ਕਹਿਣ ਦੀ, ਫਿਰ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ? ਗੇਟ ਖੋਲਿਆ ਮੈਨੂੰ ਤੁਸੀਂ ਦੱਸੋ, ਫਿਰ ਜਦੋਂ ਮੈਂ ਇੱਥੇ ਆ ਗਿਆ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਕਰੀ ਬਾਈ? ਮੈਂ ਫਾਲਤੂ ਨਹੀਂ ਬੋਲਦਾ, ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂੰ। ਇੱਥੇ ਮੈਂ ਇੱਥੇ ਖੜਾ, SHO ਸਾਹਿਬ ਨੂੰ ਪੁੱਛੋ, ਮੈਂ ਫੋਨ ਲਾਇਆ ਟੈਕ ਸਰ ਸਿਮਰਨਜੀਤ ਸਿੰਘ ਮਾਨ ਦੇ ਦੋ ਭਾਈ ਫੋਨ ਤੇ ਸੀਗਾ, ਚੀਕੀ ਗਿਆ ਮੈਂ ਇੱਥੇ ਖੜ ਕੇ, ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ। ਮੈਂ ਕਿਹੜਾ 5 ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘਿਰੀ ਗਈ ਆ ਉੱਥੇ ਉੱਥੇ ਸਾਰੇ CCTV ਕੈਮਰੇ ਕਢਾਏ ਜਾਣ, ਅਤੇ ਇੱਥੇ ਥਾਣਾ ਸਦਰ ਜਗਰਾਓਂ ਦੇ ਆਹ ਕੈਮਰੇ ਕਢਾਏ ਜਾਣ, ਅਤੇ ਆਹ ਹਜੇ ਤੱਕ ਸਿੰਗਲ ਲੱਗੇ ਹੋਏ ਆ, ਮੈਨੂੰ ਕਿਸੇ ਨੇ ਲੋਕ ਨਹੀਂ ਖੋਲਿਆ ਇੱਥੇ ਥਾਣੇ ਦੇ ਵਿੱਚ। ਮੈਂ ਇਹਨਾਂ ਨੂੰ ਕਹਿੰਦਾ ਰਿਹਾ, ਮੈਂ ਕਿਹਾ ਜੀ ਪਿੱਛੇ ਪੁਲ ਦੇ ਕੋਲ ਗੱਡੀ ਰੁਕੀ ਹੋਈ ਆ, ਗੱਡੀ ਸਾਡੇ ਪਿੱਛੇ ਲੱਗੀ ਆ, ਸਾਡੇ 'ਤੇ ਜਾਨਲੇਵਾ ਹਮਲਾ ਹੋਇਆ ਗਾ, ਆਹ ਤੁਸੀਂ ਦੇਖ ਲਓ ਸਾਰਾ ਬੰਪਰ ਬੁੰਪਰ ਚੱਕਿਆ ਹੋਇਆ ਗੱਡੀ। 12 ਵਜੇ ਹੋਏ ਆ, ਰਾਤ ਦੇ 12:15 ਹੋਏ, ਠੀਕ ਹੈ? ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲਿਆ। ਤਾਂ ਮੈਂ ਸੁਣਦਾ ਗੱਲ ਕਹਿਣ ਦੀ, ਫਿਰ ਚੀਜ਼ ਕੀ ਆ ਵੀ ਆ ਫੋਨ ਕੀ ਕਰਦਾ ਕੀ ਆ? ਗੇਟ ਖੋਲਿਆ ਮੈਨੂੰ ਤੁਸੀਂ ਦੱਸੋ, ਫਿਰ ਜਦੋਂ ਮੈਂ ਇੱਥੇ ਆ ਗਿਆ ਤੁਹਾਨੂੰ ਕਿਹਾ ਜੀ ਪਿੱਛੇ ਗੱਡੀ ਖੜੀ ਬਾਈ? ਮੈਂ ਫਾਲਤੂ ਨਹੀਂ ਬੋਲਦਾ, ਵੀਡੀਓ ਮੈਂ ਆ ਵੀ ਫਿਰ ਉਹ ਕਰ ਦੂੰ। ਇੱਥੇ ਮੈਂ ਇੱਥੇ ਖੜਾ, SHO ਸਾਹਿਬ ਨੂੰ ਪੁੱਛੋ, ਮੈਂ ਫੋਨ ਲਾਇਆ ਟੈਕ ਸਰ ਸਿਮਰਨਜੀਤ ਸਿੰਘ ਮਾਨ ਦੇ ਦੋ ਭਾਈ ਫੋਨ ਤੇ ਸੀਗਾ, ਚੀਕੀ ਗਿਆ ਮੈਂ ਇੱਥੇ ਖੜ ਕੇ, ਗੇਟ ਨਹੀਂ ਖੋਲਿਆ ਇਹਨਾਂ ਨੇ ਮੈਨੂੰ। ਉੱਤੋਂ ਦੀ ਆ ਕੇ ਤੁਸੀਂ ਹੁਣ ਮੇਰੇ ਉੱਪਰ ਰੋਹ ਮਾਰਿਆ ਗਾ, ਆਹ ਹੁਣ ਤੁਸੀਂ ਦੇਖ ਲਓ, ਮੈਂ ਇੱਥੇ ਥਾਣਾ ਸਦਰ ਜਗਰਾਓਂ ਦੇ ਬਾਹਰ ਖੜਾ, ਠੀਕ ਹੈ? ਅਤੇ ਇੱਥੇ ਮੇਰੀ ਉਹਦੇ 5 ਨੰਬਰ ਚੁੰਗੀ ਦੇ ਉੱਪਰ ਗੱਡੀਆਂ ਲੱਗੀਆਂ, ਪਿੱਛੇ ਗੱਡੀ ਘੇਰ ਕੇ ਆ ਮੂਹਰੇ ਗੱਡੀ ਲਾ ਕੇ ਗੱਡੀ 'ਚੋਂ ਫੇਟ ਮਾਰੀ, ਠੀਕ ਹੈ ਜੀ? ਉਦੋਂ ਬਾਅਦ 'ਚੋਂ ਮੈਂ ਗੱਡੀ ਭਜਾ ਕੇ ਅਸੀਂ ਇੱਥੇ ਲੈ ਕੇ ਆਏ ਥਾਣਾ ਸਦਰ ਜਗਰਾਓਂ ਦੇ ਬਾਹਰ। ਇੱਧਰ ਦਿਖਾ ਦੇ, ਥਾਣਾ ਸਦਰ ਜਗਰਾਓਂ ਦੇ ਬਾਹਰ ਆਇਆ ਮੈਂ, ਇੱਥੇ ਇਹਨਾਂ ਦੇ ਤਰਲੇ ਕੀਤੇ ਮੈਨੂੰ, ਘੱਟੋ ਘੱਟ ਥਾਣਾ ਸਦਰ ਜਗਰਾਓਂ ਦੇ ਤੁਸੀਂ ਕੈਮਰੇ ਕਢਾਓ, ਇੱਥੇ ਕੈਮਰੇ ਲੱਗੇ ਹੋਣਗੇ ਬਾਹਰ, ਕੈਮਰੇ ਕਢਾਓ ਕੈਮਰਿਆਂ ਦੇ ਵਿੱਚ। ਮੈਂ ਇਹਨਾਂ ਨੂੰ ਇੱਕ ਗੱਲ ਕਹਿ ਰਿਹਾ ਕਿ ਭਾਈ ਆ ਗੇਟ ਖੋਲ੍ਹ ਦਿਓ, ਸਾਡੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ, ਤੁਸੀਂ ਗੱਡੀ ਦੀ ਹਾਲਤ ਦੇਖ ਲਓ, ਆਹ ਗੱਡੀ ਦੀ ਹਾਲਤ ਦੇਖ ਲਓ। ਉਦੋਂ ਜਦੋਂ ਮੈਂ ਜਾਲੀਆਂ ਪਿੱਛੇ ਰੌਲਾ ਪਾਇਆ ਸੀ, ਮੈਂ ਗੱਲ ਕਹੀ ਸੀ ਜੀ ਮੈਂ ਇੰਨੀਆਂ ਦਰਖਾਸਤਾਂ ਲਿਖਾਈਆਂ ਹੋਈਆਂ ਕੋਈ ਕਾਰਵਾਈ ਕਰ ਦਿਓ, ਉਦੋਂ ਕਿਸੇ ਨੇ ਨਹੀਂ ਸੁਣੀ ਮੇਰੀ, ਠੀਕ ਹੈ ਨਾ? ਉਦੋਂ ਵੀ ਟਰੋਲ ਬਣੇ, ਮਜ਼ਾਕ ਬਣੇ, ਆਹ ਹੁਣ ਸਾਰੀ ਚੀਜ਼ ਤੁਹਾਡੇ ਸਾਹਮਣੇ ਆ। ਮੈਂ ਕਹਿੰਦਾ 5 ਨੰਬਰ ਚੁੰਗੀ ਦੇ ਜਿੱਥੇ ਮੇਰੀ ਗੱਡੀ ਘਿਰੀ ਗਈ ਆ ਉੱਥੇ ਉੱਥੇ ਸਾਰੇ CCTV ਕੈਮਰੇ ਕਢਾਏ ਜਾਣ, ਅਤੇ ਇੱਥੇ ਥਾਣਾ ਸਦਰ ਜਗਰਾਓਂ ਦੇ ਆਹ ਕੈਮਰੇ ਕਢਾਏ ਜਾਣ, ਅਤੇ ਆਹ ਹਜੇ ਤੱਕ ਸਿੰਗਲ ਲੱਗੇ ਹੋਏ ਆ, ਮੈਨੂੰ ਕਿਸੇ ਨੇ ਲੋਕ ਨਹੀਂ ਖੋਲ੍ਹਿਆ ਇੱਥੇ ਥਾਣੇ ਦੇ ਵਿੱਚ। ਮੈਂ ਇਹਨਾਂ ਨੂੰ ਕਹਿੰਦਾ ਰਿਹਾ, ਮੈਂ ਕਿਹਾ ਜੀ ਪਿੱਛੇ ਪੁਲ ਦੇ ਕੋਲ ਗੱਡੀ ਰੁਕੀ ਹੋਈ ਆ, ਗੱਡੀ ਸਾਡੇ ਪਿੱਛੇ ਲੱਗੀ ਆ, ਸਾਡੇ 'ਤੇ ਜਾਨਲੇਵਾ ਹਮਲਾ ਹੋਇਆ ਗਾ, ਆਹ ਤੁਸੀਂ ਦੇਖ ਲਓ ਸਾਰਾ ਬੰਪਰ ਬੁੰਪਰ ਚੱਕਿਆ ਹੋਇਆ ਗੱਡੀ ਦਾ। 12 ਵਜੇ ਹੋਏ ਆ, ਰਾਤ ਦੇ 12:15 ਹੋਏ ਆ, ਠੀਕ ਹੈ? ਉੱਤੋਂ ਦੀ ਮੈਨੂੰ ਹਜੇ ਤੱਕ ਇੱਥੇ ਕਿਸੇ ਨੇ ਗੇਟ ਨਹੀਂ ਖੋਲ੍ਹਿਆ। 12:13 ਖੜੇ, ਫੇਰ ਕੀ ਹੋ ਗਿਆ? ਮੈਂ ਉਹ ਵਧੀਆ, ਮੈਂ ਤਾਂ ਕਹਿੰਦਾ ਮਾਰਨ ਮੈਨੂੰ ਆ ਕੇ, ਮੈਂ ਇੱਥੇ ਹੀ ਖੜਨਾ, ਕੋਈ ਗੱਲ ਨਹੀਂ, ਜਾਣ ਦੇ ਜਿਹੜਾ ਜਾਂਦਾ ਕੁਛ ਹੋਈ ਜਾਵੇ ਇੱਥੇ, ਚਾਹੇ ਆਪਾਂ ਨੂੰ ਮਾਰ ਕੇ ਚਲੇ ਜਾਣ, ਚਾਹੇ 13 ਬੰਦੇ ਖੜੇ ਆ, ਚਾਹੇ 14, ਮੈਂ ਕਹਿੰਦਾ ਇੱਥੇ ਵੱਢ ਕੇ ਚਲੇ ਜਾਣ ਗੇਟ ਦੇ ਸਾਹਮਣੇ, ਮੈਂ ਵੀ ਕੱਲ੍ਹ ਨੂੰ ਦਿਖਾਉਣ ਜੋਗਾ ਹੋ ਜੂੰ। ਹਜੇ ਤੱਕ ਮੈਨੂੰ ਇਹਨਾਂ ਨੇ ਅੰਦਰ ਤੱਕ ਨਹੀਂ ਵਾੜਿਆ ਗੇਟ ਖੋਲ੍ਹ ਕੇ, ਠੀਕ ਹੈ ਜੀ? ਕੱਲ੍ਹ ਨੂੰ ਜੇ ਮੈਨੂੰ ਕੁਛ ਹੁੰਦਾ ਮੇਰੇ 'ਤੇ ਝਰੀਟ ਵੀ ਆਉਂਦੀ ਆ, ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ। ਮੈਂ ਪਹਿਲਾਂ ਵੀ ਵੀਡੀਓ 'ਚ ਕਿਹਾ, SSP ਸਾਹਿਬ ਤੁਸੀਂ ਮਾਣਯੋਗ ਹੋ ਜੀ, ਜਦੋਂ ਆਪਣਾ ਚਲਾਣ ਹੋਇਆ ਸੀਗਾ, ਠੀਕ ਹੈ ਜੀ, ਉੱਥੇ ਬਾਬਾ ਸਾਹਿਬ ਦੇ ਚੌਂਕ 'ਚ, ਉੱਥੇ ਹੀ ਮੈਂ ਵੀਡੀਓ ਪਾਈ ਆ, ਹੁਣ ਤੱਕ ਸੋਸ਼ਲ ਮੀਡੀਆ 'ਤੇ ਪਈ ਆ, ਅਤੇ ਆਹ ਵੀ ਆਪਣੀ ਵੀਡੀਓ ਆ ਜੀ, ਠੀਕ ਹੈ? ਹਜੇ ਤੱਕ ਆਪਾਂ ਨੂੰ ਗੇਟ ਨਹੀਂ ਖੋਲ੍ਹਿਆ, ਮੁੰਡੇ ਨੇ ਹੁਣ ਫੇਰ ਦੱਸਿਆ, ਕਹਿੰਦਾ ਵੀ ਇੱਥੇ ਫੇਰ ਆਏ ਆ ਦੁਬਾਰੇ, ਅਤੇ ਬਸ ਇੰਨੀ ਗੱਲ ਮੈਂ ਕਹਿਣੀ ਸੀ ਤੁਹਾਡੇ ਅੱਗੇ, ਗੱਲਾਂ ਕਰਦੀਆਂ ਸੀ ਪੂਰੀ। ਵੀਰੇ ਗੱਲ ਮੇਰੀ ਮੇਰੀ ਗੱਲ ਸੁਣੋ ਯਾਰ, ਗੱਲ ਕੀ ਆ, ਗੱਲ ਸੁਣੀ ਜਾਂਦੇ ਆ, ਗੱਲ ਸੁਣੀ ਜਾਂਦੇ ਯਾਰ, ਸਿਟੀ ਵਾਲਾ ਸਟੇਡੀਅਮ ਸਰਾ ਕੇ ਹੋਰ ਕੀ ਜਾਂਦਾ?
ਦੇਖੋ ਜੀ ਮੈਂ ਐਸਐਸਪੀ ਸਾਹਿਬ ਤੇ ਦਰਖਾਸਤ ਲਿਖਾਈ, ਮੈਂ ਇਹਨਾਂ ਨੂੰ ਸਰ ਨੂੰ ਆ ਕੇ ਕਿਹਾ ਜੀ ਮੈਨੂੰ ਗੇਟ ਖੋਲ ਦੋ ਘੰਟਾ ਪਹਿਲਾਂ। ਉਦੋਂ ਬਾਅਦ ਚੋਂ ਮੈਂ ਕਿਹਾ ਵੀ ਸਰ ਦੇਖੋ ਚਲੋ ਠੀਕ ਆ ਅਸੀਂ ਚੱਲੇ, ਦੇਖੋ ਤੂੰ ਯਾਰ ਇੱਕ ਮਿੰਟ ਗੇਟ ਨਹੀਂ ਦੇਖੋ, ਅਸੀਂ ਕਿਹਾ ਵੀ ਅਸੀਂ ਚੱਲੇ ਆ, ਮੈਂ ਆਪਦੀ ਜੀ ਸੋਸ਼ਲ ਮੀਡੀਆ ਤੇ ਆ, ਹੁਣ ਮੇਰਾ ਹੱਕ ਆ ਜੀ ਮੈਂ ਆਪਦੀ ਵੀਡੀਓ ਬਣਾ ਕੇ ਪਾਉਣੀ ਸੀ ਸੋਸ਼ਲ ਮੀਡੀਆ ਵੀ ਆ ਚੀਜ਼ ਤੇ ਸਾਰਾ ਕੇ ਕਹਿੰਦੇ ਆ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾਉਣੀ, ਦੱਸੋ ਜੀ ਮੇਰਾ ਇੰਨਾ ਕੀ ਸਾਈਡ ਤੇ ਗੱਡੀ ਕਰਕੇ ਬਣਾਣਾ ਤੈਨੂੰ ਐ ਕਿਹਾ, ਹੋਰ ਨਹੀਂ ਕਿਹਾਗਾ ਤੈਨੂੰ ਫਾਲਤੂ ਨਹੀਂ ਯਾਰ ਵੀਡੀਓ ਬਾਈ, ਯਾਰ ਮੈਂ 4 ਮਿੰਟ ਬਣਾਉਣੀ ਸੀ ਯਾਰ, 4 ਮਿੰਟ ਮੈਂ ਤਾਂ ਆਪਦੀ ਗੱਲ ਲੋਕਾਂ ਸਾਹਮਣੇ ਰੱਖਣੀ ਆ ਯਾਰ, ਸਾਹਮਣੇ ਰੱਖੀ ਤੈਨੂੰ ਜਦੋਂ ਕਹਿਤਾ ਵੀ ਜਦੋਂ ਜਿਹੜਾ ਸਿਟੀ ਵਾਲੇ ਆ ਕੇ ਚਲੇ ਗਏ ਆ, ਹਾਂਜੀ ਸਿਟੀ ਵਾਲਾ ਦਾ ਸਾਰਿਆਂ ਦਾ ਬਖੂਆ ਵਾ ਉਹ ਪੁੱਤਰ, ਇਹ ਪਿੰਡ ਜਿਹੜਾ ਥਾਣਾ ਇਹ ਪਿੰਡਾਂ ਦਾ ਥਾਣਾ ਇਹ ਵਾਲਾ ਜੀ, ਹਾਂ ਮੇਰਾ ਤਾਂ ਹਜੇ ਤੱਕ ਜੀ ਬਿਆਨ ਵੀ ਨਹੀਂ ਹੋਇਆ ਕੋਈ, ਕਹਿੰਦਾ ਮੇਰਾ ਬਿਆਨ ਕੋਈ ਬਿਆਨ ਫਿਰ ਤੇਰਾ ਅਸੀਂ ਲਿਖਣਾ, ਜੇ ਤੇਰਾ ਬਿਆਨ ਉੱਥੇ ਤੇਰੀ ਕੰਪਲੇਂਟ ਉੱਥੇ ਚੱਲਦੀ, ਹੁਣ ਮੇਰਾ ਬਿਆਨ ਸਿਟੀ ਥਾਣੇ ਚ ਹੋਊਗਾ, ਹਾਂ ਉੱਥੇ ਹੋਣਾ। ਤੇ ਦੱਸੋ ਤੁਸੀਂ ਇੱਕ ਗੱਲ ਦੱਸੋ ਜੀ, ਜਦੋਂ ਮੈਂ ਆ ਕੇ ਇੱਥੇ ਚੀਕਿਆ, ਮੇਰੇ ਕੈਮਰੇ ਰਿਕਾਰਡਿੰਗ ਆ, ਮੇਰਾ ਗੇਟ ਖੋਲਣ ਦਾ ਹੱਕ ਸੀ ਕਿ ਨਹੀਂ ਸੀ ਇਹਨਾਂ ਦਾ ਜੀ, ਦੱਸੋ ਮੈਨੂੰ। ਮੈਂ ਕਿਹਾ ਜੀ ਮੇਰੇ ਪਿੱਛੇ ਬੰਦੇ ਲੱਗੇ ਆ, ਮੈਨੂੰ ਗੇਟ ਖੋਲ ਦੋ, ਗੇਟ ਖੋਲ ਦੋ, ਡੇਢ ਘੰਟਾ ਲੱਗ ਗਿਆ ਜੀ, ਦੱਸੋ ਮੈਨੂੰ ਗੇਟ ਨਹੀਂ, ਨਹੀਂ ਸਿਟੀ ਵਾਲੇ ਹੁਣ ਮੈਨੂੰ ਦੱਸ ਦੋ, ਇਹ ਵੀ ਸਿਟੀ ਵਾਲੇ ਇੱਥੇ ਆਏ ਨਾ, ਆ ਗਏ ਨਾ ਸਿਟੀ ਵਾਲੇ, ਆ ਗਏ ਨਾ, ਉਹ ਵੀ ਮੈਂ ਫੋਨ ਲਾ ਕੇ ਸੱਦੇ ਆ ਜੀ, ਸੱਦੇ ਤਾਂ ਫਿਰ ਵੀਡੀਓ ਤੇ ਪਹੁੰਚੋ, ਉਹ ਇਹਨੂੰ ਨਾਲ ਲੈ ਕੇ ਗਏ ਨੇ ਸਿਟੀ ਵਾਲੇ। ਅੱਛਾ ਉਹ ਵੀ ਮੈਂ ਹੀ ਸੱਦਣੇ ਸੀ, ਚਲੋ ਠੀਕ ਆ ਜੀ, ਸਾਰੀ ਗੱਲਬਾਤ ਹੋ ਗਈ ਤੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਦੁਬਾਰੇ ਫੇਰ ਹੱਥ ਜੋੜਤੇ ਐਸਐਸਪੀ ਸਾਹਿਬ ਤੇ ਅੱਗੇ ਸਾਰਾ ਕੁਝ ਸੀਗਾ, ਹੁਣ ਸਾਰਾ ਸਬੂਤ ਆ ਜੀ, 5 ਨੰਬਰ ਚੁੰਗੀ ਦਾ ਤੇ 5 ਨੰਬਰ ਚੁੰਗੀ ਦੇ ਉੱਪਰ ਉੱਥੇ ਕੈਮਰੇ ਖਲਾਏ ਜਾਣ, ਤੇ ਮੈਂ ਪਹਿਲਾਂ ਵੀ ਜਦੋਂ ਚਲਾਉਣ ਵਾਲੀ ਵੀਡੀਓ ਸਾਰੀ ਦੁਨੀਆ ਨੇ ਦੇਖੀ ਆ, ਘੱਟੋ ਘੱਟ 10 ਲੱਖ ਬੰਦੇ ਨੇ ਦੇਖੀ ਆ ਵੀਡੀਓ ਮੇਰੀ ਇੱਥੇ, ਜਦੋਂ ਮੇਰੀ ਗੱਡੀ ਦੇ ਜਾਲੀਆਂ ਲੱਗੀਆਂ ਹੋਈਆਂ ਸੀ। ਅੱਜ 12 ਵਜੇ ਦਾ ਟਾਈਮ ਆ, ਮੈਂ ਤਾਂ ਇੱਕ ਗੱਲ ਕਹਿਣਾ, ਹੱਥ ਜੋੜ ਕੇ ਐਸਐਸਪੀ ਸਾਹਿਬ ਦੇ ਅੱਗੇ ਮੈਂ ਬੇਨਤੀ ਕਰਦਾ ਵੀ ਜੇ ਕੋਈ ਤੁਸੀਂ ਨਹੀਂ ਕਾਰਵਾਈ ਕਰ ਸਕਦੇ ਭਾਈ, ਉਹ ਵੀ ਤੁਸੀਂ ਸਾਨੂੰ ਦੱਸ ਦਿਓ, ਕੋਈ ਗੱਲ ਨਹੀਂ, ਅਸੀਂ ਆਪਦਾ ਹੋਰ ਹਿਸਾਬ ਨਾਲ ਆਪਦਾ ਅਸੀਂ ਆਪਦਾ ਬਚਾਅ ਆਪੇ ਕਰ ਲਾਂਗੇ, ਜੇ ਨਹੀਂ ਪੰਜਾਬ ਪੁਲਿਸ ਕੋਈ ਹੱਲ ਕਰ ਸਕਦੀ ਤਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਵੀ ਮੈਨੂੰ ਦੱਸ ਦਿੱਤਾ ਜਾਵੇ, ਵਾਰ ਵਾਰ ਮੇਥੋਂ ਵੀ ਨਹੀਂ ਚੱਕਰ ਲੱਗਦੇ ਜੀ ਥਾਣਿਆਂ ਦੇ, ਵਾਰ ਵਾਰ ਮੇਥੋਂ ਵੀ ਨਹੀਂ ਖੱਜਲ ਖੁਆਰੀ ਹੋਈ ਜਾਂਦੀ, ਜਾਂ ਕੋਈ ਹੋਰ ਜਾਂ ਪਿੱਛੇ ਗੱਡੀਆਂ ਲੱਗ ਗਈਆਂ। ਹੁਣ ਮੈਂ ਤਾਂ ਵਾਰ ਵਾਰ ਬੇਨਤੀ ਕਰਦਾ, 5 ਨੰਬਰ ਚੁੰਗੀ ਤੇ ਹੋਇਆ, ਰੇਲਵੇ ਲਾਈਨ ਵਾਲਾ ਕਿਹੜਾ ਗਾ, ਰੇਲਵੇ ਲਾਈਨ ਵਾਲੀ ਜਗ੍ਹਾ ਕਿਹੜੀ ਆ, ਇਹ ਮਲਕ ਰੋਡ ਆ, ਜਿਹੜਾ ਮਲਕ ਰੋਡ ਤੋਂ ਇੱਧਰ ਖੱਬੇ ਹੱਥ ਜਾਂਦਾ ਰਾ, ਉੱਥੋਂ ਗੱਡੀਆਂ ਪਿੱਛੇ ਲੱਗੀਆਂ ਸੀ, ਸਾਰੀ ਕਾਰਵਾਈ ਆ ਜਿਹੜੀ ਮੈਂ ਹੁਣ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਵੇਰ ਤੱਕ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਜੀ, ਬਸ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਤੁਹਾਡੇ ਚਰਨਾਂ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।